3, 2, 1 काली वाली लाइट दी है यार मैं तो बदला दी यार सब जी यार मैं तुम्हें उधर लगी नहीं आज यार और वो पुरानी होगी ना वो बंद ही जाती है पक्का जाता है पक्का बंद कर देने पर ऊं मच जो एक दिन हो अच्छा अपन आज दो खरीद लिए चाहे छोटी छोटी ये है एक दो दिन सर नो मतलब कि भी दोबारे जिवें डीमोनीटाइजेशन हुई सी हुण एक दोबारे इन्हां ने सोचा भी जिहड़ा जिहदे च अल्ट्रा जीपीएस अल्ट्रा फेस रेकग्नाइजेशन चिप पाई हुई सी जिहड़ी 2000 दा नोट भी बंद करता इन्हां ने सिग्नल सीधा ना केवल इनकम टैक्स को बल्कि सीबीआई को भी जाएगा सैटेलाइट के साथ है वो मैं भी देखा है कई बार जो 2000 दा नोट स्पीकर कोल पिया हुंदा सी तां स्पीकर टक 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 ओह करदा हुंदा सी अच्छा वो पता लग गया मैं अच्छा चल चिप 2000 दे नोट वाली चिप है 2000 दे नोट वाली चिप कट के रख ले हुण जदों बदला हाँ मैं सोच रहा भी चिप्पा कट्ठिया चिप्पा बेच देंगे ना कट के 2000 के नोट चो क्योंकि 2000 का नोट तो हूँ कि किन्ने मोड़ सकते हैं आप 10 मोड़ सकते हैं वापस एक टाइम से हरजिंदर किन्ने भाई ਕੀ ਮਤਲਬ ਵੀ 20 10 ਮੋੜ ਤੇ ਫਿਰ ਦੁਬਾਰੇ ਲੈ ਲੱਗ ਗਿਆ ਉਹ ਐ ਦੁਬਾਰੇ ਲੈਣ ਚ ਲੱਗਣਾ ਉਹ ਫਿਰ 10 ਮੋੜ ਤੇ ਫਿਰ ਦੁਬਾਰੇ ਲੈਣ ਚ ਲੱਗ ਹਾਂ ਇਹ ਚੱਕਰ ਆ ਹੋਰ ਹੁਣ ਇੱਕ ਦਿਨ ਦਾ ਹੋਣਾ ਵੀ ਇੱਕ ਦਿਨ ਮੈਂ 10 ਨੋਟ ਨਹੀਂ 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 ਮੇਰੀ ਗੱਲ ਸੁਣਾ ਮੇਰਾ ਕੁਛ ਨਹੀਂ ਹੈ ਵੀ ਤੂੰ ਕਿਵੇਂ ਪਛਾਣ ਲਿਆ 100 ਬੰਦਿਆਂ ਚੋਂ ਬੰਦਾ ਦੁਬਾਰੇ ਫਿਰ ਜਮਾ ਵੀ ਜਮਾ 10 ਨੋਟ ਕਰਾ ਸਕਦੇ ਕਿ ਬਦਲਵਾਣ ਵੀ ਤੂੰ 2000 ਦੇ 10 ਨੋਟ ਦੇ ਤੈਨੂੰ 5-500 ਦੇ ਦੇਣਗੇ ਉਹ 500-500 ਵੀ ਦੇ ਦੇਣਗੇ ਯਾਰ ਜੋ ਮਰਜ਼ੀ ਹੈ ਮਤਲਬ ਵੀ ਤੁਸੀਂ 2-10 ਹੀ ਕਰਾ ਸਕਦੇ ਹੋ ਉਹ ਤੋਂ ਬਾਅਦ ਦੁਬਾਰੇ ਲੈਣ ਚ ਲੱਗਣਾ ਪਊ ਤਾਂ ਭੋਗਣ ਜੀ ਯਾਰ ਬੈਂਕ ਚ ਖੁੱਲੇ ਕਰਾਉਣ ਵਾਸਤੇ ਨਾ ਬੈਂਕ ਚ ਵਗ ਜਾ ਵੀ ਦਈ ਮੜਾ ਯਾਰ ਸਾਹਮਣੇ ਨਾਲ ਤੋੜ ਨਹੀਂ ਨਹੀਂ ਲੈਣ ਵਾ ਲੱਗਣੇ ਲਈ ਨਹੀਂ ਮੈਨੂੰ ਬਾਤ ਸਮਝ ਮੈਂ ਲੈਣ ਵਾ ਕਿਉਂ ਲੱਗਣਾ ਵੀ ਇੱਕ ਟਾਈਮ ਤੇ ਜਿਹੜੀ ਵਾਰੀ ਆ ਗਈ ਤਾਂ ਸਿਰਫ 10 ਨੋਟ ਹੀ ਲੈਣਗੇ ਉਹ ਬਈ 10 ਹੋਰ ਲੈ ਲੈ ਮੇਰੇ ਪਾ 10 ਹੀ ਰਹਿ ਗਏ ਕਾਤੇ ਚਿਪ ਸ਼ਾਰਟੇਜ ਚੱਲ ਰਹੀ ਹੈ ਨਾ ਫਿਰ ਉਹ ਕਹਿੰਦੇ ਵੀ 2000 ਦੇ ਨੋਟ ਚੋਂ ਚਿਪ ਕੱਢ ਕੇ ਇੱਧਰ ਪੀਸੀਆਂ ਪੂਸੀਆਂ ਚ ਪਾ ਦਾਂਗੇ ਨਾ ਠੀਕ ਹੈ ਕਈ ਵਾਰ ਤਾਂ ਮੈਂ ਉਹ ਕਰੇ ਫਿੰਗਰ ਪ੍ਰਿੰਟ ਵਾਲੇ ਆਵਾਂਗੇ ਵੀ ਤੇਰੇ ਫਿੰਗਰ ਪ੍ਰਿੰਟ ਕੇ ਲਈ ਚਲੇ ਕਰਾਂਗੇ ਅੱਗਾ ਨੋਟ ਨਿਉ ਨੀ ਜੇ ਕਿਸੇ ਕੋਈ ਚੋਰੀ ਚੋਰੀ ਹੋ ਜਾ ਚੋਰੀ ਹਾਂ ਚੋਰੀ ਹੋ ਗਈ ਮਸਤ ਪਲੈਨ ਚੋਰੀ ਬਸ ਤਾਂ ਨਵੀਂ ਚੀਜ਼ ਬਣਾਈ ਆ ਮੋਦੀ ਨੇ ਉਹ ਕਹਿ ਰਿਹਾ ਵੀ ਸਾਰੀ ਚੋਰੀ ਹੋ ਜਾਣਾ ਇਸ ਤਰ੍ਹਾਂ ਵੀ ਅੱਗਾ ਬੰਦਾ ਚਲਾ ਲਿਆ ਵੀ ਫਿੰਗਰ ਪ੍ਰਿੰਟ ਲੱਗਣੇ ਕਰੇ ਸਾਡੇ ਕੋਲ ਖੁੱਲੇ ਕਰੇ ਹੁਣ ਆਰਾਮ ਤੇਰੀ ਲੱਗਦਾ ਮਤਲਬ ਜੀ ਔਨ ਦਾ ਸੀਰੀਅਸ ਨੋਟ ਇਹਨਾਂ ਦਾ ਹਿਸਾਬ ਕਿਤਾਬ ਤਾਂ ਇਹ ਹੈ ਨਾ ਵੀ ਸਾਰੇ ਪੈਸੇ ਤੁਸੀਂ ਕੈਸ਼ ਨਹੀਂ ਆਪਦੇ ਕੋਲ ਰੱਖਣਾ ਵੀ ਸਾਰੇ ਪੈਸੇ ਬੈਂਕ 'ਚ ਪਾਓ ਹੈ ਨਾ ਇਹਨਾਂ ਦਾ ਮਤਲਬ ਇਹ ਹੈ ਮੋਟਿਵ ਤਾਂ ਇਹੀ ਹੈ ਪਹਿਲਾਂ ਦੂਜੇ ਪਵਾਲੇ ਫਿਰ ਸਾਰਾ ਡਿਜੀਟਲ ਉਹ ਤੋਂ ਬਾਅਦ 500-500 ਸਾਲ ਦੀ ਵੀ ਡਰਾ ਸਕਦੇ ਨੇ ਇਹ ਹਾਂ ਵੀ ਜੇ ਕੱਲ੍ਹ ਨੂੰ ਕਹਿ ਦੇਣਾ ਨਾ ਵੀ ਅਫਵਾਹ ਉਡਾ ਦੇਣ ਵੀ 2024 'ਚ 500 ਦੇ ਨੋਟ ਬੰਦ ਨੇ ਆਪਣੇ ਨਾਲ ਫਿਰ ਦੌਰਾ ਪਿਆ ਜੀ ਉਹਨਾਂ ਦਾ ਮਸਾ ਤਾਂ ਇਕੱਠੇ ਕਰੇ ਨੇ ਦੁਬਾਰੇ ਉਹ ਕਿਉਂਕਿ ਹਜੇ ਵੀ ਆਪਣੇ ਮੈਨੂੰ ਬਾਕੀ ਤਾਂ ਇੰਡੀਆ ਦਾ ਤਾਂ ਪਤਾ ਨਹੀਂ ਪਰ ਪੰਜਾਬ ਵਾਲੇ ਹਜੇ ਵਾਲਾ ਬੈਂਕਾਂ ਬੁੰਕਾਂ 'ਤੇ ਭਰੋਸਾ ਕਰਦੇ ਨਹੀਂ ਕਰੇ ਕੈਸ਼ ਰੱਖਦੇ ਨੇ ਉਹ ਹਾਂ ਰੱਖਣਾ ਪੈਂਦਾ ਬਈ ਐਕਚੁਅਲੀ ਨਾ ਉਹ ਸੁਸ਼ੀਲ ਕਹਿ ਰਿਹਾ ਕਾ 2000 ਕੇ ਨੋਟ ਬੰਦ ਹੋ ਗਏ ਬਦਲਵਾ ਲਿਆ ਹੀ ਮੈਂ ਕਿਹਾ ਮੇਰੇ ਪਾ ਤਾਂ ਇੱਕ ਵੀ ਨਹੀਂ ਹੈ ਇੱਕ ਨੋਟ ਵੀ ਨਹੀਂ ਦੋ ਮੇਰੇ ਪਾ ਪਏ ਨੇ ਖਾਸੇ ਪੈਸੇ ਮੈਂ ਆਪਣੇ ਪਾ ਤਾਂ ਇੱਕ ਨੋਟ ਵੀ ਨਹੀਂ ਹੈ ਮੈਨੂੰ ਆ ਰਿਹਾ ਕਹਿੰਦੇ ਕਿਸ ਤਰ੍ਹਾਂ ਬਦਲਾਉਣਾ ਹੈ ਮੈਨੂੰ ਦੇ ਦਿਓ ਜੀ ਮੈਂ ਕਹਿੰਦਾ ਕਿਸ ਤਰ੍ਹਾਂ ਬਦਲਾਉਣਾ ਮੈਂ ਕਿਹਾ ਵੀ ਆਪਣੇ ਕੋਲ ਥੋੜੇ ਨੋਟ ਪਏ ਨੇ ਕੀ ਕਰੀ ਉਹਨਾਂ ਦਾ ਕੀ ਕਰੀਏ ਕੀ ਗੇਰ ਨੇ ਥੋੜੀ ਨੇ ਲਿਆ ਉਰੇ ਲਿਆ ਮੈਂ ਉਹਨਾਂ ਦੀ ਚਿੱਪ ਕੱਢ ਲਈ ਪਰ ਪਹਿਲੀ ਚਿੱਪ ਚਿੱਪ ਮੇਰੀ ਉਹ ਮੈਂ ਬਦਲਾ ਕੇ ਦੇਊ ਚਿੱਪ ਪਰ ਮੈਂ ਹੀ ਕੱਢ ਪੇਚਕਸ ਵੀ ਆਰਬੀਆਈ ਵਾਲਾ ਪੇਚਕਸ ਨਾਲ ਨਿਕਲਦੀਆਂ ਨਾ ਉਹ ਦੂਜੇ ਪੇਚਕਸ ਨਾਲ ਕਈ ਕਈ ਨੋਟਾਂ ਮੈਂ ਤਾਂ ਗ੍ਰਾਫਿਕ ਕਾਰਡ ਹੀ ਪਾਇਆ ਵਾ ਉਹਨਾਂ ਨੇ ਵਧੀਆ ਵਾਲਾ ਜਮੀਨ ਕੇ ਪਤਾ ਨੀ ਕਿਤੇ 30-40 ਮੀਟਰ ਨੀਚਾ ਵੀ ਅਗਰ ਦਬਿਆ ਹੋ ਨਾ ਤੋ ਵੀ ਆਰਬੀਆਈ ਸਿਗਨਲ ਵੀ ਸਿੱਧਾ ਆਰਬੀਆਈ ਨੂੰ ਭੇਜਿਆ ਵਾ ਆਰਬੀਆਈ ਨੂੰ ਨਹੀਂ ਇਨਕਮ ਟੈਕਸ ਪੇ ਜਾਏਗਾ ਬਲਕਿ ਸੀਬੀਆਈ ਦੇ ਪਾਸ ਵੀ ਜਾਏਗਾ ਦੋਨੋਂ ਪਾਸ ਜਾਊਗਾ ਜਿਹੜਾ ਉਹ ਬੰਦਾ ਉਸ ਕੇ ਗੇਲ ਖੜਾ ਸੁਣ ਰਿਹਾ ਤਾਂ ਨਾ ਤਾਂ ਹੀ ਸੀਬੀਆਈ ਦੇਖਣੇ ਦਾ ਤਾਂ ਹੀ ਸੀਬੀਆਈ ਰੇਡਾ ਮਾਰੀ ਜਾਂਦੀ ਹੈ ਉਹਨੂੰ ਪਤਾ ਹੁੰਦਾ ਨਾ ਵੀ 2000 ਦੇ ਨੋਟ ਕਿੱਥੇ ਪਏ ਨੇ ਇਕੱਠੇ ਹੋਏ ਮੈਨਾਂ ਵੈਸੇ ਘਟਾ ਤਾਂ ਇਹਨਾਂ ਨੇ ਪਹਿਲਾਂ ਹੀ ਦਿੱਤੇ ਸੀ ਹਨਾ 2000 ਵਾਲੇ ਮਾਰਕੀਟ ਮੈਂ ਇਹਨਾਂ ਨੇ ਕੋਈ ਦਿੰਦਾ ਨਹੀਂ ਦਾ 2000 ਦੇ ਨੋਟ ਜਿਹੜੇ ਜਮਾ ਹੋ ਗਏ ਬੈਂਕ ਵਾਲਿਆਂ ਨੇ ਵਾਪਸ ਨਹੀਂ ਦਿੱਤੇ 2000 ਦੇ ਨੋਟ ਮੈਨੂੰ ਪਤਾ ਮੈਂ ਕਦੋਂ ਦੇਖੇ ਨੇ ਜਾਂ ਤਾਂ ਜੇ ਕਿਸੇ ਤੋਂ ਪੇਮੈਂਟ ਲੈਣੀ ਹੋਵੇ ਜਿਹੜਾ ਪੇਮੈਂਟ ਦੇ ਨਾ ਰਿਹਾ ਹੋਵੇ ਜਾਂ ਤਾਂ ਉਹ ਤੈਨੂੰ 2000 ਦੇ ਨੋਟ ਦੇਊ ਇੱਕ ਵਾਰੀ ਯਾਰ ਤੁਸੀਂ ਫੜ ਕੇ ਲਿਆ ਸੀ ਪੇਮੈਂਟ ਉਹਨੇ ਵੀ ਤਾਂ ਸਾਲੇ ਨੇ ਸਾਰੇ ਲਾਲ ਨੋਟ ਹੀ ਦਿੱਤੇ ਸੀ ਮੈਨੂੰ ਸਾਰੇ ਪੋਲੀਟੀਸ਼ੀਅਨ ਤੋਂ ਸਾਰੇ ਪੋਲੀਟੀਸ਼ੀਅਨ ਕੋਲ ਤਾਂ ਦੇਖ ਤੈਨੂੰ ਲਾਲ ਨੋਟ ਮਿਲ ਜਾਣਗੇ 2000 ਦੇ ਹੋਰ ਉਹਨਾਂ ਕੋਲੇ 500-500 ਤਾਂ ਨਹੀਂ ਹੁੰਦੇ ਨਾ ਕੋਲੇ ਜਿਹਨੂੰ ਕਹਿ ਵੀ ਤੁਹਾਡੇ ਕਿਹੜੀ ਦੋ ਪੇਮੈਂਟ ਰਹਿੰਦੇ 2 ਲੱਖ ਰੁਪਇਆ ਪਹਿਲੀ ਗੱਲ ਤਾਂ ਉਹਨੂੰ ਦੇਣੀ ਨਹੀਂ ਜੇ ਦੇਊ ਤੈਨੂੰ 2000 ਦੇ ਨੋਟ ਦੇਊ ਮਨ ਤੋਂ ਹੀ ਲੱਗਦਾ ਵੀ ਆਮ ਜਨਤਾ ਦੇ ਜੀਵਨ ਮਾ ਕੋਈ 2000 ਦੇ ਨੋਟ ਦਾ ਮਹੱਤਵ ਹੈ ਫਰਜ਼ੀ ਦੇਖਣੇ ਦਾ 2000 ਦੇ ਨੋਟ ਦਾ ਲਾਇਸੈਂਸ ਹੈ ਵੀ ਜਦੋਂ ਲੋਕਾਂ ਕੋਲੇ ਆਧਾਰ ਕਰਨਾ
₹2,000 ਹੋਰ ਛਾਪ ਲਓ ਇਹ ਦੇਸ਼ ਗਰੀਬ ਹੈ 2000 ਦਾ ਨੋਟ ਪਤਾ ਕਿੰਨਾ ਮਹਿੰਗਾ ਫਿਰ ਦਿੰਦੇ ਟਾਈਮ ਆਪਣਾ ਚੇਂਜ ਕਰ ਦੇਗਾ ਨਾ ਪਾਸਵਰਡ ਆਪਣਾ ਪਾਗਾ ਪਹਿਲੀ ਗੱਲ ਤਾਂ ਨੋਟ ਚਿੱਪ ਪਾਉਣੀ ਅੱਜ ਤੱਕ ਕਿਸੇ ਤੋਂ ਨੀ ਪਈ ਕਿਸੇ ਪਾ ਨੀ ਯਾਰ ਯਾਰ ਅਮਰੀਕਾ ਦੀ ਮੈਜੋਰਿਟੀ ਆਫ ਜਿਹੜੀ ਕੈਸ਼ ਕਰੰਸੀ ਆ ਉਹ ਸਾਊਥ ਅਮਰੀਕਾ ਚ ਪਈ ਹੈ ਠੀਕ ਹੈ ਵੀ ਉਹ ਡਰੱਗ ਡਰੁੱਗ ਵਾਲੀ ਉਹ ਐਸਕੋਬਾਰ ਜੀ ਕੋਲ ਪਤਾ ਕਿੰਨੀ ਪੇਮੈਂਟ ਪਈ ਹੈ ਅਜੇ ਵੀ ਦੁੱਬੀ ਦੁੱਬੀ ਹੋਈ ਹੈ ਜੇ ਚਿੱਪ ਹੁੰਦੀ ਥੋੜੇ ਦਿਨ 15 ਕੁ ਦਿਨ ਹੋਏ ਨੇ ਮੈਂ ਭੂਆ ਘਰੇ ਗਿਆ ਉਹਨਾਂ ਨੇ ਰੋਟੀ ਕਰੀ ਸੀ ਤੇ ਮੈਨੂੰ ਹੌਲੀ ਹੌਲੀ 15,000 ਰੁਪਈਆ ਵੇ ਉਹ ਪਿਆ ਜਿਹੜੇ ਪਹਿਲਾਂ ਨੋਟ ਹੁੰਦੇ ਸੀ 500 ਦੇ ਬਦਲਾ ਦੇਗਾ ਕਿ ਨੈਪਕਿਨ ਲਾ ਲਓ ਨਾ ਹੁਣ ਮੈਂ ਕਿਹਾ ਤੂੰ ਐ ਵਧੀਆ ਉਹਨਾਂ ਨਾਲ ਤਾਂ ਕੰਮ ਕਰਦਾ ਲੀਡਰਾਂ ਦੇ ਕਹਿੰਦੇ ਕਿਸੇ ਨੂੰ ਬਦਲਾ ਮਾਮਾ ਕੀ ਗੱਲ ਲੀਡਰਾਂ ਨੂੰ ਜੇਲ੍ਹ ਕਰਾਉਣੀ ਆ ਨਾਲੇ ਉਹਨਾਂ ਨੂੰ ਉੱਥੇ ਬਿਠਾਉਣਗੇ ਨਾਲੇ ਤੈਨੂੰ ਬੁਲਾਉਣਗੇ ਉਹ ਦੇਖਿਆ ਜਦ ਇੱਕ ਹਰਿਆਣੇ ਦਾ ਹੀ ਆ ਉਹ ਬੁਲਟ ਜਿਹੇ ਵਜਾਰਾ ਕਰੇ ਕਹਿੰਦੇ ਜੀ ਵੀ ਤੇਲ ਇਸ ਤਰ੍ਹਾਂ ਮਹਿੰਗਾ ਕਰਦੀ ਆ ਮੋਦੀ ਮੈਂ ਮੋਦੀ ਜੀ ਕਹੂੰਗਾ 2,000 ਰੁਪਏ ਲੀਟਰ ਕਰਦੇ ਲੋਕ ਵੀ ਗਾੜੀਆਂ ਅੰਦਰ ਲਗੇਗੀ ਮਾਰੀ ਗਾਡੀ ਚਲੇਗੀ ਪਤਾ ਲੱਗੇਗਾ ਅਮਰਸੂਖਦਾਰ ਬੰਦੇ ਉਹ ਕਹਿੰਦੇ ਸਾਈਕਲ ਭਜਾਰਾ ਦਾ ਅਗਲੇ ਦਿਨ ਸਿਫਾਰਿਸ਼ ਪਾਉਣੀ ਪਊ ਵੀ ਉਹ ਕਹੂ ਫਿਰ ਵੀ ਪ੍ਰਧਾਨ ਮੰਤਰੀ ਸਾਈਨ ਹੋਣਗੇ ਪ੍ਰੈਜੀਡੈਂਟ ਦੇ ਸਾਈਨ ਹੋਣਗੇ ਫਿਰ ਕਿਸੇ ਨੂੰ ਕਾਰ ਮਿਲੂ ਫਿਰ ਤੂੰ ਦੇਖੀ 50 ਲੱਖ ਦੀ ਕਾਰ ਜੇ ਕਿਸੇ ਨੇ ਫਾਰਚੂਨਰ ਲੈਣੀ ਹੈ ਤਾਂ ਘੱਟੋ ਘੱਟ 1,50,000 ਰੁਪਇਆ ਤੇਰੇ ਅੰਦਰ ਹੋਊ ਇਹ ਤਾਂ ਮੋਦੀ ਹੋਰੀ ਨੇ ਜਿਹੜੇ ਫਾਰਚੂਨਰ ਪਿੱਛੇ 22,00,000 ਰੁਪਏ ਕਮਾਉਂਦੇ ਨੇ ਇਹ GST ਚਲਾ ਹਾਂ ਬੰਦ ਕਰੋ ਮੈਂ ਨਾਰਥ ਕੋਰੀਆ ਵਾਲਾ ਸਿਸਟਮ ਕਰੋ ਵੀ ਰੋਟੀਆਂ ਜਾਈ ਨੇ 3 ਤੋਂ ਵੱਧ ਖਾਈਆਂ ਹਾਂ ਕਟਾਈ ਹੈ ਬਸ ਖਾਈ ਜਾਂਦੇ ਨੇ ਅੰਨ ਇਜਾਤ ਵੀ ਜਿਹੜੇ ਉਹ ਤੇਰੇ ਗ੍ਰਹਿ ਮੰਤਰੀ ਹੋਵਾਂ ਔਰ ਆਪਣਾ ਇਹਨੇ ਖੇਲਾਂ ਖੁੱਲਾਂ ਵਾਲੇ ਪੜ੍ਹਾਈ ਵਾਲੇ ਉਹ ਕਹਿੰਦੇ ਵੀ ਇਹਨੇ ਸਭ ਖਤਮ ਆ ਬਸ ਇੱਕ ਪੋਜੀਸ਼ਨ ਆ ਮੇਰੀ ਸਰਬਜੀਤ ਸਿੰਘ ਬਾਤ ਖਤਮ ਇਸ ਕੇ ਨੀਚੇ ਕੋਈ ਹੈ ਹੀ ਨਹੀਂ ਸੁਪਰੀਮ ਲੀਡਰ ਮੈਡਲ ਵਾਪਸ ਕਰ ਦਈਏ ਵੀ ਰੋਸਮਾ ਵੀ ਉਹਨਾਂ ਨੂੰ ਨਿਆਂ ਨੀ ਮਿਲ ਰਿਹਾ ਕਹਿੰਦਾ ਲੈ ਮੈਡਲ ਤਾਂ ₹25 ਦਾ ਪੈਸੇ ਵਾਪਸ ਕਰੋ ਜਿਹੜੇ ਮਿਲੇ ਆ ਠੀਕ ਹੈ ਇਹ ਸਾਲੀ ਪੁਆਇੰਟ ਦੀ ਗੱਲ ਕਹਿੰਦਾ ਪੈਸੇ ਲੈ ਖਰਚ ਲੈ ਮੈਡਲ ਵਾਪਸ ਕਰਕੇ ਕਹਿੰਦੇ ਰੋਸ ਹੈ ਕਹਿੰਦਾ ਰੋਸ ਹੈ ਜੇ ਫਿਰ ਪੈਸੇ ਵਾਪਸ ਰਾਸ਼ੀ ਜਿਹੜਾ ਬੰਦਾ ਲੀਡਰ ਹੈਗਾ ਪਹਿਲੀ ਗੱਲ ਤਾਂ ਖਿਲਾਫ ਬੋਲਣ ਦੀ ਲੋੜ ਨੀ ਉਹਦੇ ਖਿਲਾਫ ਡਾਕੂਮੈਂਟਰੀ ਬਣਾਉਣ ਦੀ ਲੋੜ ਨੀ ਉਹ ਤਾਂ ਲੀਡਰ ਤਾਂ ਬੀਬੀਸੀ ਤੇ $10,000 ਦਾ ਕੇਸ ਕਰਦਾ ਕਿ $1,00,000 ਦਾ ਸੁਪਰੀਮ ਲੀਡਰ ਰੇਡੀਓ ਚ ਬੋਲ ਰਿਹਾ ਕਿਸੇ ਦੀ ਕੀਮਤ ਲੱਗੀ ਬੰਦਾ ਉੱਠ ਕੇ ਵਗ ਜੇ ਮੈਂ ਸੁਣਨਾ ਨੀ ਸਟੂਡੈਂਟ ਜੇ ਸੁਪਰੀਮ ਲੀਡਰ ਦੀ ਗੱਲ ਨੀ ਸੁਣ ਰਹੇ ਮਤਲਬ ਕਿ ਸੁਪਰੀਮ ਲੀਡਰ ਦਾ ਮਤਲਬ ਬਾਹਰ ਨੀ ਜਾਣਾ ਆਊਟਿੰਗ ਬੰਦ ਹੈ ਜਿਨ੍ਹਾਂ ਨੇ ਸੁਣੀ ਨੀ ਮਨ ਕੀ ਬਾਤ ਸਿੱਧੀ ਗੱਲ ਹੈ ਯਾਰ ਐਡੀ ਇੰਪੋਰਟੈਂਟ ਬਾਤ ਮਤਲਬ ਯੂਨੀਵਰਸ ਕੇ ਅੰਦਰ ਐਡਾ ਪੜਿਆ ਲਿਖਿਆ ਬੰਦਾ ਉਹ ਠੀਕ ਹੈ ਤਿੰਨੋਂ ਦੇ ਕੋਲ ਪੀਐਚਡੀ ਨੇ ਫਿਰ ਵੀ ਮੇਰਾ ਬੰਦਾ ਮੂਰੇ ਡਾਕਟਰ ਨਹੀਂ ਲਾਉਂਦਾ ਕੇਜਰੀਵਾਲ ਜਾਂ ਕੇਸੀਆ ਕਰਦਾ ਸੀ ਉਹਦੇ ਤੇ ਵੀ ਡਿਗਰੀ ਲਗਾ ਮੂੰਹ ਤੇ ਮਾਰੀ ਲੱਗ ਗਿਆ ਪਤਾ ਮਾਰੀ ਉਹਨੇ ਕਿਹਾ ਵੀ ਤੂੰ ਦੱਸ ਦੇ ਕਿਹੜੀ ਯੂਨੀਵਰਸਿਟੀ ਚਾਹੀਦੀ ਹੁਣੀ ਆਪਣੀ ਬਣਾ ਲੈ ਰਾਤੋਂ ਰਾਤ ਉਹ ਬੰਦਾ ਪਾਸ ਬਿਠਾਇਆ ਪਤਾ ਉਸਨੇ ਉਹ ਕਹਿੰਦਾ ਫੋਨ ਲਾ ਉਸ ਨੂੰ ਜਿਹੜਾ ਦੋ ਬੰਦੇ ਦੇ ਇੱਕ ਬੰਦੇ ਨੇ ਕਿਹਾ ਫੋਨ ਲਾ ਕਿਹੜੀ ਚਾਹੀਦੀ ਉਹ ਕਹਿੰਦਾ ਇਹ ਨਹੀਂ ਹੈ ਜੀ ਆਪਕੇ ਪਾਸ
ਬਾਈ ਜਿਸ ਤਰ੍ਹਾਂ ਸਰਜੀਤ ਬੈਠਾ ਇਹਨੂੰ ਕਹਿ ਦਿਆ ਉਹ ਵਾਲੀ ਬਣਾ ਬੀਏ ਵਾਲੀ ਇਹਨੇ ਬੀਏ ਵਾਲੀ ਬਣਾ ਦੀ ਯਾਰ ਆਹ ਹੋਰ ਉਸਕੀ ਵੀ ਨਹੀਂ ਬੀਐਸਸੀ ਕੀ ਕਹਿ ਨਾਮ ਉਸਕਾ ਬੀਕੌਮ ਕੀ ਕਹਿੰਦਾ ਜੀ ਨੇ ਪਤਾ ਇਹੀ ਚਾਹੀਦੀ ਸੀ ਬਣਾ ਕੇ ਇਹ ਤਾਂ ਉਹ ਹਟ ਗੱਲ ਹੈ ਵੀ ਸੁਪਰੀਮ ਵਿੱਚ ਸਮਝਦਾ 24 ਚ 27 ਘੰਟੇ ਕੰਮ ਕਰਦਾ ਜੇ ਘੰਟਾ ਉਹਦੇ ਕੋਲ ਹੋਵੇ ਵੀ 23 ਘੰਟੇ ਕੰਮ ਕਰੇ ਤਾਂ ਪੀਐਚਡੀ ਪੀਐਚਡੀ ਤਾਂ ਉਹ ਉਹੀ ਰੋਲ ਦੇ ਉਹ ਪੀਐਚਡੀ ਪੀਐਚਡੀ ਉਹ ਦਾੜੀ ਵੀ ਹੋ ਜਾਵਾਂਗੇ ਜਿਹੜਾ 3 ਇਡੀਅਟਸ ਵਾਲਾ ਉਹ ਨਹੀਂ ਹੈ ਉਹਦੇ ਉਹ ਵੀ ਜਿਹੜੇ 10 ਮਿੰਟ ਵਿੱਚ ਲਾਉਂਦਾ ਤਾਂ ਉਹ ਦਾੜੀ ਬਣਾਉਣੇ ਵੀ ਵੇਸਟ ਨਹੀਂ ਕਰਨਾ ਜਦੋਂ ਪਾਵਰ ਨੈਪ ਲੈਂਦਾ ਉਦੋਂ ਸੈੱਟ ਕਰਕੇ ਜਾਂਦੇ ਉਹੀ ਹੈ ਉਹ ਹੈ ਟਾਈਮ ਨਹੀਂ ਬਿਲਕੁਲ ਨਾਲੇ ਉਹ ਤਾਂ ਦੋ ਹੱਥਾਂ ਨਾਲ ਲਿਖਦਾ ਕਹਿੰਦੇ ਪੈਰਾਂ ਨਾਲ ਵੀ ਵਿੱਚ ਲਿਖਦਾ ਤਾਂ ਉਹ ਕਿਸ ਤਰ੍ਹਾਂ ਲੱਤਾਂ ਵੀ ਉੱਪਰ ਚੱਕਗਾ ਮਤਲਬ ਕੋਈ ਸਪੈਸ਼ਲ ਪਾਵਰ ਹੈ ਵੀ ਅੱਛਾ ਹਵਾ 'ਚ ਐਲੀਵੇਟ ਕਰ ਲੈਂਦਾ ਇਹ ਤੁਸੀਂ ਭੰਡ ਰਹੇ ਹੋ ਇਸ ਤਰ੍ਹਾਂ ਪੀਐਚਡੀ ਕਾ ਮਨ ਤੋਂ ਸਿਸਟਮ ਨਹੀਂ ਸਮਝਿਆ ਵੀ ਸੁਪਰੀਮ ਲੀਡਰ ਬਾਰੇ ਪੀਐਚਡੀ ਮੰਗਣੇ ਦੀ ਜ਼ਰੂਰਤ ਕੀ ਆ ਤਾਂ ਹੀ ਤਾਂ ਹਟਾ ਰਹੀ ਸਾਰੀ ਤਿੰਨ ਚਾਰ ਬੰਦੇ ਨਾਲ ਕੇ ਜੇਲ੍ਹ ਮਾ ਠੋਕੇ ਨਹੀਂ ਸਾਰੇ ਸਾਇੰਸ ਕੇ ਫਾਰਮੂਲੇ 2ab ab² ਸਭ ਪਤਾ ਹੈ a + b² ਐਕਸਟਰਾ 2ab ਐਕਸਟਰਾ 2ab ਕਹਾਂ ਸੇ ਹੈ ਉਸੇ ਨੇ ਤਾਂ ਬਣਾਇਆ ਇਹਨੇ ਚੀਜ਼ੇ ਫਾਰਮੂਲੇ ਫਿਰ ਉਸ ਤੇ ਯਾਰ ਸਪੀਡ ਇਜ਼ ਇਕੁਅਲ ਟੂ ਗੇਅਰ + ਰੇਸ ਠੀਕ ਹੈ ਜਦੋਂ ਨੇ ਸੁਪਰੀਮ ਲੀਡਰ ਨੇ ਕਹਿਤਾ ਤਾਂ ਮੰਨਣਾ ਪਊਗਾ ਯਾਰ ਨਾਲੀ ਮਾ ਤੇ ਆਪਣਾ ਇਹ ਕਾ ਸੁਪਰੀਮ ਲੀਡਰ ਹੈ ਬੈ ਸੰਦੀਪ ਕੱਲ ਤੇ ਆਪਣੇ ਦੇਸ਼ ਨੂੰ ਬੰਦ ਕਰਦੇ 2000 ਦਾ ਨੋਟ ਠੀਕ ਨੀ ਗੱਲ ਕਰਦੇ ਮੋਦੀ ਨੂੰ 500 ਨੋਟ ਜਿਹੜਾ ਪੁਰਾਣਾ ਪਾਟਿਆ ਹੋਇਆ ਦੇ ਗਿਆ ਨੋਟ ਬਦਲਣ ਵਾਲੇ ਨੇ ਮੇਰੇ ਕੋਲ ਪੈਸੇ ਹੈਗੇ ਤਾਂ ਵੀ ਦੇ ਨੀ ਰਿਹਾ ਕਹਿੰਦੇ ਕੋਈ ਨੀ ਫਿਰ ਦੇਵੇਗਾ ਤੂੰ ਕੀ ਨੀ ਤੂੰ ਫੜਾ ਕੇ ਜਾਵੇਗਾ ਬੈਂਕ ਸ਼ਾਮ ਨੂੰ ਹੋਏ 8 ਵਜੇ ਲਾਈ ਫਿਰ ਭਾਈ ਹੋਰ ਸਿੱਧੇ ਫਿਰ ਜੇ ਅੱਗੇ ਕਿਸੇ ਨੂੰ ਦੇਣੇ ਤਾਂ ਆਪਣਾ ਪਾਸਪੋਰਟ ਖੋਲ ਕੇ ਦੇਣਾ ਪੈਣਾ ਚਾਹ ਪੈਟਰਨ ਲੈ ਜਾ ਕਿ ਉਹ ਸੁਪਰੀਮ ਲੀਡਰ ਨੂੰ ਉਹ ਜਿਹੜਾ ਫੰਡ ਜਿਹਾ ਇਕੱਠਾ ਕਰਿਆ ਸੀ ਉਹਨਾਂ ਨੇ ਉਦੋਂ ਉਹਦੇ ਵਾਸਤੇ ਕਹੀ ਜਾਂਦੇ ਨੇ ਲੈ ਇੰਨਾ ਸ਼ੁਕਰ ਕਰੋ ਵੀ ਉਹਨਾਂ ਨੇ ਆਪਦਾ ਆਰਬੀਆਈ ਨੂੰ ਕਿਹਾ ਵੀ ਛਾਪ ਕੇ ਦੇ ਦਿਓ ਸਾਨੂੰ ਸਿੱਧੇ ਉਹ ਤਾਂ ਪੁਆਏ ਤਾਂ ਹੈਗੇ ਨੇ ਲੋਕਾਂ ਨੂੰ ਕਿਹਾ ਵੀ ਪਾਓ ਲੋਕਾਂ ਨੇ ਆਪਣੀ ਮਰਜ਼ੀ ਨਾਲ ਪਾਏ ਨੇ ਜਿਨ੍ਹਾਂ ਨੇ ਰੁਪਈਆ ਵੀ ਨਹੀਂ ਪਾਇਆ ਵਿੱਚ ਉਹ ਸਾਲੇ ਕਹੀ ਜਾਂਦੇ ਹਿਸਾਬ ਦਿਓ ਸਾਨੂੰ ਹਾਂ ਕਾਂਗਰਸ ਵਾਲੇ ਸਵਾਲ ਚੱਕਦੇ ਨੇ ਤੁਸੀਂ ਰੁਪਈਆ ਦਿੱਤਾ ਜਿਨ੍ਹਾਂ ਨੂੰ ਘਰੇ ਯਾਰ ਉਹ ਵੀ ਨਹੀਂ ਪੁੱਛਦੇ ਨਾ ਵੀ ਹਾਂ ਨੂਨ ਦੀ ਥੈਲੀ ਕਿੰਨੇ ਦੀ ਆ ਉਹਨੂੰ ਦੱਸਦੇ ਨੀ ਪੁੱਛਦੇ ਨੀ ਉਹ ਵੀ ਪੁੱਛ ਰਿਹਾ ਹੈਗਾ ਪੀਐਮ ਕੇਅਰ ਦਾ ਕਹਿੰਦੇ ਹਿਸਾਬ ਚਾਹੀਦਾ ਕਿਉਂ ਦੇਵੇ ਬਈ ਸੁਪਰੀਮ ਲੀਡਰ ਪੀਐਮ ਦੀ ਕੇਅਰ ਵਾਸਤੇ ਉਹ ਜਦੋਂ ਲਿਖਿਆ ਹੀ ਹੋਇਆ ਸੀ ਉਹਦੇ ਤੇ ਪਿੱਛੇ ਸੁਪਰੀਮ ਲੀਡਰ ਜਿਵੇਂ ਸੁੱਕਗਾ ਹੱਡੀ ਬਣਿਆ ਦੁਖੀ ਕਰ ਲਿਆ ਇੱਕ ਤਾਂ ਅਗਲੇ ਨੇ ਤੁਹਾਡੇ ਪਿੱਛੇ ਵਿਆਹ ਨਹੀਂ ਕਰਾਇਆ ਚੀਜ਼ ਅਗਲਾ ਪਰਿਵਾਰ ਛੱਡੀ ਬੈਠਾ ਆਪਣਾ ਰਾਹੁਲ ਗਾਂਧੀ ਦੀ ਸਹੇਲੀਆਂ ਨਾਲ ਫਰੀਆਂ ਆਪਦੀਆਂ ਨਾਲ ਹਾਂ ਠੀਕ ਹੈ ਇਹ ਵਿਚਾਰੇ ਨੇ ਵਿਆਹ ਨਹੀਂ ਕਰਾਇਆ ਇਹਨੇ ਕਦੇ ਤੀਵੀਂ ਦਾ ਹੱਥ ਫੜ ਕੇ ਨਹੀਂ ਦੇਖਿਆ ਠੀਕ ਹੈ ਇਹਦੇ ਜਿਹੜੇ ਮੰਤਰੀ ਮੁੰਤਰੀ ਉਹਨਾਂ ਨੇ ਅੱਜ ਤੱਕ ਕਦੇ ਤੀਵੀਂ ਦਾ ਹੱਥ ਨਹੀਂ ਫੜਿਆ ਕੁਛ ਨਹੀਂ ਵੀਰ ਜੀ ਰੈਸਲਰ ਦੇ ਵੀ ਧੱਕੇ ਨਾਲ ਗਲ ਪੈ ਗਏ ਬ੍ਰਿਜ ਸਰ ਦੇ ਮੈਨੂੰ ਤਾਂ ਪਹਿਲਾਂ ਬ੍ਰਿਜ ਸਰ ਦੇ ਨਾਲੇ ਮੂੰਹ ਤੇ ਪਤਾ ਲੱਗਦਾ ਵੀ ਉਹ ਕਿੰਨਾ ਉਹ ਐਸਾ ਉਹ ਹੈ ਵੀ ਹਰਿਆਣੇ ਦਾ ਨਾਲੇ ਲੋਕਤੰਤਰ ਦਾ ਰਾਗ ਲਾਪਣ ਵਾਲੇ ਆਪ ਕਿੰਨਾ ਕੁ ਲੋਕਤੰਤਰ ਚ ਰਹੇ ਨੇ ਸਾਰਾ ਕੁਛ ਨਹਿਰੂ ਕਰਦਾ ਹੋਇਆ ਹਰੇਕ ਉਸ ਸੁਪਰੀਮ ਲੀਡਰ ਪਰ ਮਰਦਨ ਦੇ ਤਾਂ ਹੋਸ਼ ਹਰੇਕ ਯਾਰ ਜਿੰਨਾ ਕੁਛ ਹੋਣ ਤੱਕ ਗਲਤ ਹੋਇਆ ਸਾਰਾ ਨਹਿਰੂ ਕਰਕੇ ਹੋਇਆ ਸਭ ਕੁਛ ਵੀਰ ਜੀ ਸਭ ਹੁਣ ਵੀ ਨਹਿਰੂ ਦੀ ਪਾਵਰ ਦੇਖ ਤੂੰ ਹੁਣ ਵੀ ਦਿਖਲਾ ਕੰਮ ਨਹੀਂ ਕਰਨ ਦੇ ਰਿਹਾ ਸੁਪਰੀਮ ਲੀਡਰ ਨੂੰ ਬਿਲਕੁਲ ਨਹੀਂ ਕਰਨ ਦਿੰਦਾ ਵੀ ਉਹ ਪੁਰਾਣੀ ਨੀਤੀਆਂ ਪਤਾ ਨਹੀਂ ਕਿਸੇ ਕਿਸੇ ਬਣਾ ਕੇ ਲੰਘੇ ਆਪਣਾ ਉਹ ਕਹੀ ਜਾਂਦੇ ਕਹਿੰਦੇ ਕਰਨਾਟਕਾ ਮੈਂ ਕਹਿਣੇ ਨੂੰ ਕੋਈ ਗੱਲੇ ਨਹੀਂ ਦੀ ਕਹਿੰਦੇ ਆਈ ਕਹੀ ਗਿਆ ਬਈ ਕੰਨੇ ਵਾਰੀ ਗਾਲਾਂ ਕੱਢੀਆਂ ਫਿਰ ਤੁਸੀਂ ਨਾ ਕੱਢੋ ਫਿਰ ਕਿਹੜਾ ਕੀ ਕੰਮ ਦੀ ਗੱਲ ਕਰੋ ਤੁਸੀਂ ਸੁਪਰੀਮ ਲੀਡਰ ਦੇ ਕੰਮ ਬਾਰੇ ਕੁਝ ਕਹੋ ਬੰਦਾ ਜਵਾਬ ਦੇ ਤੁਸੀਂ ਗੰਦੀਆਂ ਗੰਦੀਆਂ ਮਾਵਾਂ ਭੈਣਾਂ ਦੀਆਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਵੀ ਫਿਰ ਗੀਣਾ ਕਿਦੋਂ ਆਈ ਬਈ
आत्म निर्भर भारत इतना सुप्रीम लीडर ने अपने करा मिट्टी में मरा दिया नौकरियां चाहिए थानू कह रहे भी आत्म निर्भर बन लो ना यार मेरी गल सुन ए जदों तक ना यूथ नौकरियां लैण लई पड़दा नौकर पैदा हो गए मालिक नहीं करदा पकौड़े लिया इतने मीह महाबारस में जाना पड़ा सुप्रीम लीडर कह रहे भी साले बेवकूफ इंसान मैं थानू घर दे रहा थारा न्याणा तड़का थानू खड़ा देगा बाहर क्यों लाउणा बाहर न्याणे दी रेडी है जदों क्यों खर्चना यार जदों उदों याद है जदों मेरी सुन बात नोटबंदी वेड़े सारी दुनिया लाइन च खड़ी सी ठीक है मोदी जी ने आपकी मां भी लाइन च लाया लाया कि नहीं दिखाने बसता एग्जांपल सेट करया भी मेरी मां भी लाइन च है भी तुसी भी लाइन च लगो थम क्यों था लगे चुल्लमिचरी आ तां भी नहीं भी ला सकदे ते तां भी सज जंदा तां भी लाया उन्होंने हां अरे कितनी केयर है उन्होंने सुप्रीम लीडर दी मां लाइन लवाई फोटोग्राफी करी धुप च बकायदा फोटोआं फोटोआं ओदे नेट ते ते खबरां च पवाईयां वायरल कराईयां ओए कितनी औखी चीज आ ओ तेरी मम्मी खड़ जे लाइन च बिल्कुल नहीं ओ तो गई नहीं मां अगली गल ते मारूगी तू तू तैनू कदे वास्ते जम्मा मैं खड़ लाइन च मेरी जगह ते नाले जनू पढ़ा प्रधानमंत्री ओही गल है सुप्रीम लीडर ने कड्डी वड्डी कुर्बानी दी मम्मी नु उठाया डीड दोपहरे च गुजरात वाली गर्मी च लाइन च खड़ाया फोटोग्राफी कराई पैसे मिले ना मिले हट गल सुप्रीम लीडर गुस्सा ਚਾਰਾ ਵੀ ਨਹੀਂ ਲੈਣਾ ਇਹਨਾਂ ਨੇ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਵੀਰ ਕਾ ਇਹ ਵੀ ਬੰਦ ਕਰ ਯਾਰ ਖੜਦੇ ਤਾਂ ਲੋਕ ਟ੍ਰੈਫਿਕ ਦੇ ਲੈਣਾ ਚ ਨਹੀਂ ਯਾਰ ਨੋਟ ਵਿੱਚ ਲੈਣ ਚ ਕਿਉਂ ਖੜਦੇ ਲੋਕ ਨਹੀਂ ਇੰਨੇ ਸੌਭਾਗਿਆਸ਼ਾਲੀ ਸਮਝੋ ਵੀ ਸੁਪਰੀਮ ਲੀਡਰ ਪਿੱਛਾ ਕਰੇ ਨੇ ਵੀ ਜਿਹੜੇ ਪਿਛਲੀ ਵਾਰੀ ਥੋੜੇ ਜੜੇ ਥੋੜੇ ਪੈਸੇ ਸੀ ਉਹ ਮਿਲ ਗਏ ਸੀ ਹੁਣ ਜਿਨ੍ਹਾਂ ਦੇ ਥੋੜੇ ਜਿਹੇ ਹੋਰ ਰਹਿ ਗਏ ਉਹ ਵੀ ਮਿਲ ਜਾਣਗੇ ਹਾਂ ਇਹੋ ਚੱਕਰ ਆ ਵੀ ਜਿਨ੍ਹਾਂ ਦੇ ਫਸੇ ਫੁਸੇ ਵੀ ਅਮਾਊਂਟ ਹੈ ਉਹ ਮਿਲ ਜੂਗੀ ਹੁਣ ਚੱਲ ਚਲੋ ਯਾਰ ਨੋਟਬੰਦੀ ਆ ਗਈ ਤਾਂ ਆ ਗਈ ਠੀਕ ਹੈ ਆ ਗਈ ਨਹੀਂ ਪਸੰਦ ਤਾਂ ਨਾ ਮੰਨੋ ਰੱਖ ਲਓ 2000 ਦੇ ਨੋਟ ਆਪ ਦੇਖੋ ਨਾ ਬਦਲਾਓ ਨਾ ਬਦਲਾਓ ਉੱਪਰ ਕਿਹੜੇ ਕਰੇ ਵੀ ਜਾਣ ਤੱਕ ਕਰ ਰਹੇ ਨੇ ਹਾਂ धुप च जाओ रैलियां च जाओ ठीक है फिर उत्थे उंगलां गंदियां कराओ ठीक है आराम नाल सुप्रीम लीडर ने कहता भी कल नूं आ थोड़ा मुख्यमंत्री है सब नूं अपना घर बैठे अपना उस पर न्यूज़ पर मिल जाना भी यो कोई यो है सारा बंदा आम बंदे नूं यार कोई फर्क नहीं पैंदा भी कौन मुख्यमंत्री है की है इधर लोकां नूं शोशेबाजी बना रखे भी फलाना मुख्यमंत्री बन जूगा वो बन जूगा वो इतनी हिसाब ला लै सुखबीर मतलब की जदों महाकाली दल सी उदों भी टीचरां दे डांगा फिरियां ने फिर उदो बाद फौजी साहब आए उदो भी टीचर डांगा फिर बाद प्रीम लीडर जी आए ने एदू बाद भी मास्टर ने डांगा फिरिया ने टीचर तो खानी डांगा ने ठीक है फिर कोई मर्जी हो फिर चाहे उपरों आया हो चाहे तुसी लाया हो फिर बैठा पता लग जाएगा भी अपने चोड़ चूड़ नहीं करना है प्रीम लीडर जी ने यह भी कहा जिदे बाली खुरख होने दस दया करो सोनू बाहर भी आने की लड़ नहीं घर ही परेड कर जा करो सर्विस भी आने लग रही है दसो भी जी मैनू आ चीज तो प्रॉब्लम है बंदा 24 घंटे के अंदर थोड़े घर आ जाओ
ਰੈਪਿਡ ਰਿਸਪੌਂਸ ਡਾਂਗ ਉੱਥੇ ਲਾ ਕੇ ਜਿੱਥੇ ਕਹੋਗੇ ਉੱਥੇ ਫੇਰ ਜੂ ਅਗਲਾ ਸਬਸਕ੍ਰਾਈਬ ਕਰਨੇ ਬਸ ਤੱਕ ਹੈ ਨਹੀਂ ਤਾਂ ਕਰਾਂ ਡਾਂਗ ਭੇਜ ਦੂੰਗੇ ਸਬਸਕ੍ਰਾਈਬ ਕਰ ਲਓ ਡਾਂਗ ਨਹੀਂ ਕਹਿੰਦੇ ਫਿਰ ਕੁਝ ਹੋਰ ਵੀ ਬੰਦ ਕਰਾਵਾਂ ਕਦੀ ਟੀਵੀ ਖਣੀ ਬੰਦ ਕਰਾ ਦੇਂਗੇ ਸੁਣ ਗਿਆ ਸੁਪਰੀਮ ਲੀਡਰ ਆ ਬਣੇ ਸੁਣਿਆ ਨਹੀਂ ਅਜੇ ਤੁਸੀਂ ਸੁਪਰੀਮ ਲੀਡਰ ਦਾ ਅਭੀ ਤਾਂ ਨੋਟ ਬੰਦ ਹੋਏ ਅੱਖਾਂ ਪਾ ਕੇ ਦੇਖ ਲਓ ਇੱਕ ਵਾਰੀ ਹਜੇ ਤਾਂ ਨੋਟੇ ਬੰਦ ਕਰੇ ਆ ਰੋਟੀ ਪਾਣੀ ਸਭ ਕੁਝ ਆਪਣੀ ਵੀ ਕਰੇਗੀ ਡਾਂਗ ਭਰੇ ਆਪਾਂ ਨੂੰ ਵੀ ਕਿਤੇ ਜਾਣ ਦੀ ਲੋੜ ਨਹੀਂ ਹੈ ਚੰਡੀਗੜ੍ਹ ਪਹੁੰਚਣ ਤੇ ਲੱਗੂ ਮੋਹਾਲੀ ਪਹਿਲਾਂ ਮੇਰਾ ਸੈਕਟਰ 15 ਮਿੰਟ ਮੇਰਾ ਨਿਬੇੜ ਦੇਣਗੇ 15 ਮਿੰਟ ਤੇਰੇ ਦਾ ਘੰਟੇ ਚ ਪੂਰਾ ਨਿਬੜ ਜੀ ਉਹ ਟ੍ਰਾਇਲ ਮਾਰੇ ਪਈ ਹੋਗਾ ਪਹਿਲਾਂ ਡੰਡੇ ਵਾਲਾ ਘਰ ਜਾ ਕੇ ਡੰਡਾ ਪਰੇਡ ਦੀ ਸਰਵਿਸ ਚੁਟਕਲਾ ਜਾ ਮਾਰਿਆ ਗਰੀਬ ਟਵਿੱਟਰ ਬੰਦ ਕਰ ਦੋ ਕੋਈ ਫਰਕ ਨੀ ਅੱਠ ਫੋਲੋਅਰ ਗਰੀਬ ਦਾ ਚੁਟਲਾ ਨੀ ਬ੍ਰੇਕਫਾਸਟ ਥੋੜਾ ਜਲਦੀ ਕਰ ਲਿਓ ਘਰ ਆਣੇ ਵਾਲੇ ਆ ਸਵੇਰ ਨੂੰ ਸੁਪਰੀਮ ਲੀਡਰ ਬਤਾਵਾਂਗਾ ਸਾਢੇ ਕੁ 9 ਵਜੇ ਆ ਜਾਓ ਤੁਸੀਂ ਜਿਮ ਜਿਮ ਲਾ ਕੇ ਆਇਆ ਹੋਣਾ ਥੋੜਾ ਸਰੀਰ ਗਰਮ ਹੁੰਦਾ ਡਾਂਗ ਖਾਂਦਾ ਵਧੀਆ ਲੱਗਦਾ